ਅੱਛਾ ਜੀ, ਆ ਗਾਂ ਜਿਹੜੀ ਹੈ ਨਾ ਪੱਠੇ ਨਹੀਂ ਖਾਂਦੀ ਹੈਗੀ। ਦੇਖੋ ਇਹਦਾ ਹਾਲੇ ਕਿ ਇੰਨੇ ਸੋਹਣੇ ਪੱਠੇ ਆ, ਅਤੇ ਇਹ ਪੱਠੇ ਅਮੀਆਂ ਕਿੰਨੀ ਦੇਰ ਦੀ ਹੋ ਗਈ ਵੱਛੀ? ਇਹ ਸਹੀ ਉਹਨੂੰ ਮੈਂ ਕਿਹਾ ਮੱਝ ਛੱਡ ਕੇ ਲੈ ਗਿਆ, ਦੇਖੋ ਤੂੰ ਲਿਆਂਦਾ। ਉਹ ਛਾਵੇਂ ਹੋ ਕੇ ਖੜੀ ਦਿਆ, ਕਿੰਨੀ ਸਿਆਣੀ ਅਗਲੀ। ਅੱਛਾ ਜਾਨਵਰ ਕਿੰਨੇ ਸਿਆਣੇ ਹੁੰਦੇ, ਮਾਂ ਨੂੰ ਕਿਹਾ ਥੋੜ੍ਹੀ ਜਿਹੀ ਅੱਗੇ ਆ, ਖੋਲਦੀ ਨਹੀਂ, ਥੋੜ੍ਹੀ ਜਿਹੀ ਅੱਗੇ ਆ ਗਈ, ਹੈ ਨਾ ਮਾਂ? ਮਰ ਲੱਤ ਨਾ ਮਾਰ ਦੇਵੇ ਗਾਂ, ਮਰ ਤੂੰ ਮੱਝ ਜਾਂ ਗਾਂ ਲੈ ਦੀ, ਤੂੰ ਪਾਣੀ ਪਿਲਾ ਲਿਆ ਕਰੇਗਾ ਕਿਤੇ, ਉਵੇਂ ਨਾ ਹੋਵੇ ਜਿਵੇਂ ਤੱਕ ਹੈ ਕੁਰਬਾਨੀ ਵਾਲੇ ਲੇਲੇ ਘਰ ਨਹੀਂ ਲੈ ਕੇ ਆਉਂਦੇ, ਘਰ ਨਹੀਂ ਲੈ ਕੇ ਆਉਂਦੇ, ਮੈਂ ਉਹਨਾਂ ਨੂੰ ਖਿਲਾਉਣਾ, ਮੈਂ ਉਹਨਾਂ ਨੂੰ ਪੱਠੇ ਪਾਉਣੇ, ਫਿਰ 2 ਕੁ ਦਿਨਾਂ ਬਾਅਦ ਤੂੰ ਰੱਜ ਗਿਆ ਸੀ। ਮਰ ਮੈਂ ਮੱਝ ਨੂੰ ਇਹ ਕਾਹਦੇ ਨਾਲ ਨਵਾਉਂਦੇ ਤੁਸੀਂ, ਪਿਆਪ ਤਾਂ ਛੋਟਾ ਜਿਹਾ ਹੀ ਹੈ। ਪਾਣੀ ਪਹਿਲਾਂ ਖੁੱਲ੍ਹੀ 'ਚ ਹੋ ਲੈਣ ਦੇ, ਪਹਿਲਾਂ ਛੱਡ ਦੇ ਖੁੱਲ੍ਹੀ 'ਚ ਪਾਣੀ, ਨਾ ਨਵਾ ਲੇ, ਪਹਿਲਾਂ ਖੁੱਲ੍ਹੀ 'ਚ ਪਾਣੀ ਪਾਣੀ ਪੀ ਲੈਣ ਦੇ, ਮਾਰ ਨੱਕ। ਮਾਰ ਇਹਨੂੰ ਤਾਂ ਬੰਨ ਦੇ ਤੇ ਮੈਂ ਇਹਨੂੰ ਨਵਾਉਂਦੀ ਹਾਂ ਬੇਟਾ, ਛੱਡਦੇ ਇਹਨੂੰ ਕਿਤੇ ਵੀ ਨਹੀਂ ਜਾਣਾ। ਮਾਰ ਉਹਦੇ ਤੁਸੀਂ ਇੱਥੇ ਕੈਮਰਾ ਫੜੋ ਬੇਟਾ, ਮੈਂ ਮੱਝ ਨਵਾ ਕੇ ਦੇਖਾਂ, ਕਿਤੇ ਮੈਨੂੰ ਮਾਰਨ ਹੀ ਨਾ ਲੱਗ ਜਾਏ। ਅੰਮੀ ਦੇਖ ਮੇਰੇ ਵੱਲੋਂ ਆਉਂਦੀ ਹੈ ਭੱਜ ਭੱਜ ਕੇ। ਅੱਛਾ 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 ਅੱਛਾ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ। ਨਸਰੁੱਲਾ ਵੀ ਯੂਟਿਊਬ ਚੈਨਲ 'ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਜ਼ਿਆਦਾ ਤੋਂ ਜ਼ਿਆਦਾ ਵਾਚ ਕਰਨਾ, ਸ਼ੁਕਰੀਆ, ਥੈਂਕ ਯੂ। ਇਸ ਵਕਤ ਜਿਹੜਾ ਨਾ ਮੈਂ ਡੇਰੇ 'ਤੇ ਪਹੁੰਚ ਗਿਆ, ਅਤੇ ਹੁਣ ਅਸੀਂ ਕਿਹਾ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ ਜਾਵੇ, ਅਤੇ ਮੈਂ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਆਇਆ, ਅਤੇ ਮੈਂ ਹੁਣ ਇਹਨਾਂ ਨੂੰ ਉਮਾਰ ਨੂੰ ਜਿਆਨ ਨੂੰ ਉਦੋਂ ਨੂੰ ਲੈ ਕੇ ਜਾਂਦਾ। ਡੇਰੇ ਰਹਿ ਕੇ ਕਿਸ ਤਰ੍ਹਾਂ ਮਹਿਸੂਸ ਕੀਤਾ? ਅੱਛਾ, ਕੋਈ ਨਹੀਂ, ਦਵਾਈ ਲੈ ਲੈਂਦੇ ਹਾਂ ਜਾ ਕੇ, ਬਸ ਕੋਈ ਨਹੀਂ। ਹਾਂਜੀ, ਤੁਸੀਂ ਕਿੱਧਰ ਦੀ ਤਿਆਰੀ ਕਰ ਲਈ? ਬੱਚਿਆਂ ਨੂੰ ਲੈਣ ਚੱਲੇ ਹਾਂ, ਟਿਊਸ਼ਨ ਗਏ ਹੋਏ ਆ ਸਕੂਲ? ਅੱਛਾ, ਕੀ ਹੋਇਆ? ਅੱਛਾ ਜ਼ਿਆਨ, ਚੱਲੀਏ ਘਰ ਨੂੰ? ਹਾਂ ਅੱਛਾ ਜੀ। ਭਾਈ ਅਬਾਸ ਦੀ ਫਰਿੱਜ ਖਰਾਬ ਹੋ ਗਈ ਹੈ, ਬਹੁਤ ਹੀ ਅਫਸੋਸ ਲੱਗਿਆ, ਬਹੁਤ ਹੀ ਜਿਹੜਾ ਨਾ ਸਾਨੂੰ ਸਦਮਾ ਲੱਗ ਗਿਆ, ਅਤੇ ਮੈਂ ਕਹਿੰਦਾ ਕਿ ਜਿਹੜਾ ਨਾ ਅੱਲਾ ਤਾਲਾ, ਨਹੀਂ ਨਹੀਂ ਇਹ ਇਲੈਕਟ੍ਰੋਨਿਕਸ ਦੀ ਜਿਹੜੀ ਚੀਜ਼ ਆ ਨਾ, ਉਹ ਜਦੋਂ ਖਰਾਬ ਹੋ ਜਾਂਦੀ ਹੈ ਫਿਰ ਨਹੀਂ ਬਸ ਭਾਈ। ਆਓ ਤੁਹਾਡਾ ਏਸੀ ਤਾਂ ਦੇਖੀਏ, ਮੈਂ ਵੈਸੇ ਕਿੱਥੇ ਗਈ ਆ। ਅੱਛਾ, ਏਸੀ ਤਾਂ ਦਿਖਾਓ ਕਿੱਥੇ ਲਾਇਆ। ਅੱਛਾ, ਅੱਛਾ ਨਹੀਂ ਸਫਾਈ ਉੱਪਰ ਕਿਹੇ ਆ। ਅੱਛਾ ਅੱਛਾ, ਐ ਸੀ ਆ, ਸਹੀ ਆ। ਮਮਤਾਨ ਜਾ ਕੇ
ਬਾਕੀ ਹਰ ਸ਼ਾਇ ਇੱਕੋ ਹੁੰਦੀ ਹੈ, ਗ੍ਰਿਲ ਥੋੜੀ ਜਿਹੀ ਵੱਡੀ ਹੁੰਦੀ ਆ। ਸਹੀ, ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਮੁਬਾਰਕ ਕਰੇ ਜੀ। ਅੱਛਾ ਜੀ, ਡੇਰੇ ਤੇ ਵਿਕਣ ਵਾਸਤੇ ਆ ਗਈ ਆਈਸਕ੍ਰੀਮ। ਜ਼ਰਾ ਲਾ ਕੇ ਦੇ ਚੰਗੀ ਤਰੀਕੇ ਨਾਲ, ਮੁੰਡੇ ਨੂੰ ਪਤਾ ਲੱਗੇ ਵੀ ਜਿਹੜਾ ਨਾ ਮੁੰਡਾ ਜਿਹੜਾ ਆਇਆ ਵਾ ਆਈਸਕ੍ਰੀਮ ਲੈਣ ਵਾਸਤੇ। ਓਹੋ, ਅਤੇ ਬਾਕੀ ਜਿਹੜਾ ਮੈਂ ਬੱਚਿਆਂ ਨੂੰ ਲੈਣ ਵਾਸਤੇ ਆਇਆ ਸੀ ਅਤੇ ਮੈਂ ਕਿ ਬੱਚਿਆਂ ਨੂੰ ਲੈ ਜਾਂਦੇ। ਦੂਜੀ ਗੱਲ ਇਹ ਹੈ ਕਿ ਹੁਣ ਇਹ ਅਗਲੇ ਸਾਲ ਆਉਣਗੇ, ਹੁਣ ਹੈਗਾ ਅਗਸਤ, ਅਗਲੇ ਸਾਲ ਅਗਸਤ 'ਚ ਜਾਂ ਜੁਲਾਈ 'ਚ ਆਉਣਗੇ। ਸੜਕ ਸਿੱਧੀ ਹੋਈ ਲੈ ਜਾਣੀ, ਹਾਂ ਏਦਾਂ ਉਹ ਸਿੱਧੀ ਜਾਂਦੀ ਆ ਅੱਗੇ। ਹਾਂ, 5 ਕਿਲੋਮੀਟਰ ਦਾ ਮੋਟਰਸਾਈਕਲ ਤੇ ਤੂੰ ਨੋਟ ਕਰ ਦੀ, 5 ਕਿਲੋਮੀਟਰ ਤੇ ਹੋ ਜਾਵੇ ਨਾ 4 ਵਾਲਾ ਮੋੜ ਆਉਂਦਾ ਵਾ, ਠੀਕ ਆ ਨਾ, ਹਾਂ ਲੱਗਿਆ ਨਾ 104 ਅਤੇ ਉਦੋਂ 1 ਕਿਲੋਮੀਟਰ ਤੇ ਅੱਗੇ 5 ਕਈ ਰਿਸ਼ਤੇਦਾਰ ਆਉਂਦੇ ਆ ਕੇ ਸਾਨੂੰ ਕਹਿੰਦੇ ਕਿ ਨਲਾ ਕੇ ਲੈ ਕੇ ਆਓ, ਅਸੀਂ ਜਿਹੜੇ ਕਿ ਲੰਬਾ ਰੱਸਾ ਲੈਂਦੇ ਹਾਂ ਉਹਦੀ ਲੱਤ ਨੂੰ ਪਾ ਲੈਂਦੇ ਹਾਂ, ਰੱਸਾ ਜਾਂ ਲੱਤ ਨੂੰ ਪਾ ਲੈਂਦੇ ਹਾਂ,
ਉਹਨੂੰ ਨਹਿਰ ਦੇ ਵਿੱਚ ਛੱਡੀ ਦਾ ਉਧਰੋਂ ਦਰਖਤ ਨੂੰ ਬੰਨਦੀ ਦਾ ਰੱਸਾ ਠੀਕ ਆ ਨਾ ਨਹਾਈ ਜਾ ਕੇ ਉਹਨੂੰ ਖਿੱਚਣਾ ਹੈ ਤੇ ਰੱਸੇ ਨੂੰ ਖਿੱਚ ਕੇ ਬਾਹਰ ਕੱਢ ਲੈਣਾ ਨਹੀਂ ਨਹੀਂ ਗੋਤਾ ਨਹੀਂ ਉਹ ਉਸ ਨਹਿਰ ਦਾ ਪਾਣੀ ਇੰਨੀ ਤੇਜ਼ ਜੇ ਤੁਸੀਂ ਉਹਦੇ ਵਿੱਚ ਤੁਸੀਂ ਗਿਰ ਗਏ ਹੋ ਨਾ ਤੁਸੀਂ ਦੋਨੋਂ ਹੱਥ ਪੈਰ ਲੱਤਾਂ ਚੱਕੀਆਂ ਨਹੀਂ ਮਾਰਨੀਆਂ ਤੁਸੀਂ ਅਗਰ ਉਪਦਾਨ ਵਾਸਤਾ ਕਦੇ ਬੰਦਾ ਲੈ ਕੇ ਜਾਂ ਤੁਸੀਂ ਇਕੱਲੇ ਹੱਥ ਮਾਰੋ ਅਤੇ ਪੈਰ ਨਾ ਮਾਰੋ ਪੈਰ ਸਿੱਧੇ ਪਿੱਛੇ ਰੱਖੋ ਜਾਂ ਫਿਰ ਇਕੱਲੇ ਪੈਰ ਪਿੱਛੇ ਆਸਤਾ ਆਸਤਾ ਪੈਰ ਮਾਰੋ ਅਤੇ ਹੱਥ ਜਿਹੜੇ ਆ ਸਿੱਧੇ ਰੱਖੋ ਇਹ ਤਰੀਕਾ ਜੇ ਤੁਸੀਂ ਕਮਲਿਆਂ ਕਰਨਾ ਅੱਖਾਂ 'ਚ ਛਿੱਟੇ ਪੈਂਦੇ ਆ ਬੁਰਾ ਹੱਥ ਮੈਂ ਨਾ ਇੱਦਾਂ ਬੈਠਾ ਅਤੇ ਅੱਛਾ ਮੈਂ ਬੈਠਾ ਅਤੇ ਇੱਕ ਦੋਸਤ ਸੀ ਉਹ ਕਹਿੰਦਾ ਕਿ ਮੈਂ ਨਹਾਉਣਾ ਨਾ ਰਿਸ਼ਤੇਦਾਰ ਆ ਗਿਆ ਅਸੀਂ ਰੱਸਾ ਚੱਕਿਆ ਉਹਨੂੰ ਮੈਂ ਰੱਸੇ 'ਤੇ ਨਾਲ ਲਿਆਉਣ ਲੱਗ ਗਏ ਮੈਂ ਇਸ ਤਰ੍ਹਾਂ ਬੈਠਾ ਮੁੰਡੇ ਉੱਥੇ ਨਹਾਉਂਦੇ ਸੀ ਉਹਨਾਂ ਨੇ ਕੀ ਕੀਤਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਇੱਕ ਨੇ ਨਾ ਮੇਰੀਆਂ ਲੱਤਾਂ ਫੜੀਆਂ ਇੱਕ ਨੇ ਬਾਹਾਂ ਫੜੀਆਂ ਉਹਨੇ ਇਹ ਐਜ ਕਰਕੇ ਨਾ ਪਤਾ ਉਦੋਂ ਲੱਗਿਆ ਜਦੋਂ ਨਹਿਰ 'ਤੇ ਆ ਠੀਕ ਆ ਨਾ ਮੇਰੇ ਸੜੇ ਜੁੱਤੀ ਸੜੇ ਜਿਹੜਾ ਨਾ ਮੈਂ ਨਹਿਰ 'ਤੇ ਆ ਗਿਆ ਅੱਛਾ ਖੈਰ ਮੈਂ ਨਾ ਉੱਥੇ ਸਾਡੇ ਨਾ ਮੁੰਡਿਆਂ ਨੇ ਨਹਾਉਣ ਵਾਸਤੇ ਨਾ ਨਹਿਰ 'ਚ ਨਾ ਥੋੜ੍ਹੇ ਥੋੜ੍ਹੇ ਖੱਡੇ ਮਾਰੇ ਇੱਕ 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 ਪੱਤੀ ਹੋਈ ਆ ਤਾਂ ਕਿ ਮੈਂ ਉੱਥੇ ਪੈਰ ਲੜਾ ਕੇ ਜਾਂ ਹੱਥ ਲੜਾ ਕੇ ਬੰਦਾ ਬਾਹਰ ਨਹੀਂ ਖਾਂਦਾ ਕੋਈ ਪਾਣੀ ਸਾਡੀ ਨਹਿਰ ਦਾ ਇੰਨੀ ਤੇਜ਼ ਆ ਕਿ ਜਦੋਂ ਕਿਨਾਰੇ ਨਾਲ ਲੱਗਣਾ ਫਿਰ ਪਤਾ ਨਹੀਂ ਚੱਕਰੀਆਂ 'ਚ ਪਾਣੀ ਬੜਾ ਬੜੀ ਮੁਸ਼ਕਲ ਜਿਹੜਾ ਨਾ ਕਿਨਾਰੇ ਨਾਲ ਉਹ ਜਦੋਂ ਇੱਕ ਦੋ ਖੱਡੇ ਜਿਹੜੇ ਆ ਨਾ ਲੰਘ ਗਏ ਫਿਰ ਮੇਰੇ ਨਾ ਫਿਰ ਮੈਂ ਉਹਨਾਂ ਨੂੰ ਆਵਾਜ਼ ਦਿੱਤੀ ਮੈਂ ਕਿਹਾ ਵੀ ਮੈਨੂੰ ਨਾ ਸਾਫਾ ਦਿਓ ਜਾਂ ਸਾਡੇ ਨੂੰ ਮੋਬਾਈਲ ਚਲੋ ਮੈਂ ਜਾ ਰਿਹਾ ਮੇਰੇ ਤੋਂ ਕਿਉਂਕਿ ਡੇਲੀ ਜਿਹੜਾ ਨਹਾਉਂਦਾ ਨਾ ਉਹ ਹੁੰਦੀ ਆ ਸਾਫ ਪੱਕ ਜਾਂਦਾ ਮੈਂ ਕਿਹਾ ਵੀ ਮੈਂ ਖਾ ਕੇ ਮੈਂ ਮੈਨੂੰ ਬਚੇਗਾ ਕਿ ਇੰਨਾ ਜਾਣੀ ਕਿ ਜਿਹੜਾ ਨਾ ਉਸ ਹਾਂ ਫਿਰ ਉਹਨਾਂ ਨੇ ਮੈਨੂੰ ਨਾ ਸਾਫੇ ਦੋ ਸਾਫੇ ਨੂੰ ਬੰਨ੍ਹ ਕੇ ਨਾ ਇੱਧਰ ਉਹਨਾਂ ਨੇ ਕਿਹਾ ਕਿ ਸਾਫਾ ਪੱਕ ਕੇ ਬੰਨ੍ਹ ਇੱਥੇ ਨਾ ਉਹ ਸਾਡੇ ਇੱਥੇ ਇਤਰਾਜ਼ ਆਈ ਸੀ ਕਿ ਡਰਾਈਵਰ ਜਿਹੜਾ ਨਾ ਕਹਿੰਦਾ ਨਹਿਰ ਨਹਿਰ 'ਤੇ ਨਹਾਉਣਾ ਨਾ ਨਹਾਈ ਨਾ ਨਹਿਰ 'ਤੇ ਨਾ ਨਹਾਈ ਉਹਨੇ ਕਿਹਾ ਅਸੀਂ ਦਰਿਆਵਾਂ 'ਚ ਨਹਾਉਂਦੇ ਹਾਂ ਇੰਨੀ ਕੁ ਨਹਿਰ ਜਿਹੜੀ ਆ ਤੁਸੀਂ ਨਹੀਂ ਕਰਦੇ ਹੋ ਬਸ ਉਹਨੇ ਪਹਿਲੀ ਛਾਲ ਮਾਰੀ ਆ ਕਨੇਡਾ ਦੇਖਦਾ ਸੀ ਕਨੇਡਾ ਦੇ ਵਿੱਚ ਅਸਮਾਨ ਨਹੀਂ ਆਏ ਕਨੇਡਾ ਦੇ ਵਿੱਚ ਜਾਂਦੀ ਵਿੱਚ ਵਿੱਚ ਵੀ ਦੋਨੇ ਤੀਸਰੇ ਦਿਨ ਬਾਅਦ ਲਿਆਉਂਦੀ ਇਸ ਤਰ੍ਹਾਂ ਦੀ ਨਹਿਰ ਆ ਬਹੁਤ ਹਰ ਸਾਲ ਇੱਕ ਬੰਦਾ ਖਾਈਦੀ ਆ ਉਹ ਜਿਹੜੀ ਸਾਡੇ ਚੱਕ ਵਾਲੀ ਨਹਿਰ ਆ ਨਾ ਥੱਲੇ ਨੂੰ ਪਾਣੀ ਖਿੱਚਦੀ ਆ ਇਸ ਤਰ੍ਹਾਂ ਇਸ ਤਰ੍ਹਾਂ ਇੰਨੀ ਆ ਤੇ ਏਦਾਂ ਜਾਂਦੀ ਹੈ ਇਸ ਤਰ੍ਹਾਂ ਇਹ ਥੋੜੀ ਜਿਹੀ ਜ਼ਿਆਦਾ ਚੌੜੀ ਦੇਖ ਲਓ ਹੋਰ ਕੋਈ ਚੀਜ਼ ਸੈਂਡਲ ਇਹ ਜੁੱਤੀ ਰੱਖ ਜੁੱਤੀ ਚੱਕ ਲਾ ਨਾ ਉਹਦੇ ਵਿੱਚ ਰੱਖ ਲਾ ਸੈਂਡਲ ਪਾ ਲਾ ਮੇਰਾ ਬੇਟਾ ਹਾਂਜੀ ਜੁੱਤੀ ਚੱਪਲ ਕਿੱਥੇ ਆ ਜ਼ਿਆਨ ਦੀ ਚੱਪਲ ਕਿੱਥੇ ਆ ਹੈ ਹਾਂ ਚੱਲ ਲਈ ਆ
ਆ ਤਾਂ ਬਈ ਬਹੁਤ ਅੱਛੀ ਗੱਲ ਹੋ ਗਈ ਆ। ਸਹੀ ਆ ਭਾਈ, ਚੰਗੀ ਗੱਲ, ਆਪਣੀਆਂ ਫੁੱਫਾਂ ਨਾਲ ਪਿਆਰ ਕਰਦੀ ਆ। ਓਹਨੂੰ ਆਪੀ ਨੂੰ ਫੋਨ ਕਰ ਦੋ ਨਾ ਕਿ ਅਸੀਂ ਅੱਧੇ ਇੱਕ ਘੰਟੇ ਤੱਕ ਪਹੁੰਚ ਜਾਣਾ, ਉਹਨਾਂ ਨੂੰ ਕਾਲ ਕਰ ਦਿਓ। ਨਹੀਂ ਅਜੇ ਕਿੱਥੋਂ, ਅਜੇ ਤਾਂ 11-12 ਵਜੇ ਆ ਤੇ ਅਜੇ ਕਿੱਥੇ ਸੁੱਤੇ ਹੋਏ।